ਹਾਂਜੀ ਰਾਮ ਰਾਮ ਸਾਰਿਆਂ ਨੂੰ ਸਵਾਗਤ ਹੈ ਆਪ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਮੈਂ। ਔਰ ਸਵੇਰੇ ਸਵੇਰੇ ਟਾਈਮ ਹੈ 6:15 ਹੋਏ ਆ, ਸਵੇਰੇ 6:00 15 ਮਿੰਟ ਹੋਈ ਹੈ ਔਰ ਬਾਰਿਸ਼ ਹੈ ਰਹੀ ਹੈ, ਬਰਸਣ ਲੈ ਰਹੀ ਆ ਆਰਾਮ, ਕਾਫੀ ਦੇਰ ਹੋ ਗਈ ਬਰਸਦਾਂ ਨੇ ਬੂੰਦਾਂ ਲੈ ਰਹੀ ਹੈ। ਤੋਂ ਮੈਂ ਇਹ ਬੇਠਕ ਵਾਲੀ ਸਾਈਡ ਆਇਆ ਥਾ, ਛੱਤਰੀ ਲੈ ਕੇ ਨੇ ਇਹ ਬੂਠੇ ਆ ਸਾਰੇ, ਤਾਓ ਹੀ ਬੂਠ ਕੇ ਨੇ ਦੁੱਧ ਲੈ ਕੇ ਗਿਆ ਥਾ ਭਿੱਤਰ, ਤੋਂ ਫਿਰ ਆਇਆ ਥਾ ਮੈਂ, ਫਿਰ ਮੈਨੇ ਦੇਖਿਆ ਬਹਿਰ ਬਾਰਿਸ਼ ਆ ਰਹੀ ਹੈ ਤੋਂ ਗਾਡੀ ਬਹਿਰੇ ਖੜੀ ਹੈ, ਮਹਾਂ ਚੱਲ ਗਾਡੀ ਨੇ ਭਿੱਤਰ ਕਰ ਦਿਆਂ, ਤਾਓ ਨੇ ਵੀ ਅੱਜ ਔਖਾ ਇਸ ਕਾਊਰੇ ਬੈਠ ਕੇ ਪੀਆ। ਔਰ ਇਹ ਆਪਣੇ ਪਸ਼ੂ ਬੰਨ ਰਹੇ ਹੈ ਸਾਰੇ, ਜ਼ਿਆਦਾ ਤਾਂ ਕੋਈ ਨਹੀਂ ਆਈ ਬਾਰਿਸ਼ ਵੀ ਲੱਗ, ਮਤਲਬ ਥੋੜ੍ਹੀ ਥੋੜ੍ਹੀ ਆਉਣ ਲੱਗ ਰਹੀ ਹੈ। ਔਰ ਮਾਂ ਵੀ ਉੱਠ ਗਈ ਸੀ, ਬਾਕੀ ਤੋਂ ਕੋਈ ਨਹੀਂ ਉੱਠਿਆ, ਮਾਂ ਉੱਠ ਤਾਊ ਉੱਠ ਗਿਆ ਥਾ, ਫਿਰ ਤਾਊ ਦੁੱਧ ਰਕਾਇਆ, ਫਿਰ ਮੈਂ ਬੋਲਣ ਲੱਗ ਗਿਆ ਤਾਊ ਅਗਲੇ, ਤੋਂ ਫਿਰ ਮਾਂ ਨੇ ਆਵਾਜ਼ ਸੁਣ ਗਈ ਤੋਂ ਫਿਰ ਮਾਂ ਉੱਠ ਗਈ। ਔਰ ਮੈਂ ਅੱਜ ਰਾਤ ਨਾ ਸੋਇਆ ਕੋਈ ਨਹੀਂ ਥਾ, ਮਤਲਬ ਮੈਂ ਪੂਰੀ ਰਾਤ ਜਾਗਦਾ ਰਿਹਾ, ਕੁਛ ਮੇਰੇ ਕੰਮ 'ਤੇ ਜੋ ਹੈ ਨਬੇੜੇ, ਮੈਨੇ ਪਹਿਲਾਂ ਹੀ ਪੈਂਡਿੰਗ 'ਤੇ ਹੋਏ ਨਬੇੜੇ, ਐਡੀਟਿੰਗ ਕਰੀ, ਲੈਪਟੋਪ ਮੈਂ ਲੈ ਗਿਆ ਰਿਹਾ, ਕੁਛ ਕੰਪਨੀ ਦੇ ਕੰਮ 'ਤੇ ਹੋਏ ਨਬੇੜੇ, ਤੋਂ ਕਰ ਕਰਾਏਗਾ, ਮਤਲਬ ਮੈਨੇ ਸਵੇਰ ਲਿਖੜੇ ਗਈ, ਕਿਉਂਕਿ ਕਈ ਦਿਨ ਕਾ ਹੋ ਰਿਹਾ ਤਾਂ ਮੈਨੂੰ ਇਹ ਟਲਦਾ ਰਹੂੰ ਤਾਂ ਤੜਕਿਆ ਕਰੂੰ, ਆਜ ਕਰੂੰ ਤੜਕਿਆ ਕਰੂੰ, ਆਜ ਕਰੂੰ, ਤੋਂ ਫਿਰ ਮੈਂ ਮਹਾਜ ਜਾਗੇ ਲਿਉਂ। ਔਰ ਅੱਜ ਮੈਂ ਕੋਸ਼ਿਸ਼ ਕਰੂੰਗਾ ਕਿ ਪੂਰਾ ਦਿਨ ਜਾਗੂੰ, ਕੋਸ਼ਿਸ਼ ਕਰੂੰਗਾ, ਦੇਖੋ ਜਦ ਤੱਕ ਜਾਗਿਆ ਗਿਆ, ਔਰ ਰਾਤ ਨੇ ਫਿਰ ਤੋੜਾ ਸੋ ਜਾਊਂ ਤਾਂ ਕਿ ਤੜਕਿਆ ਫਿਰ ਤੋੜਾ ਉੱਠ ਜਾਊਂ, ਬਾਕੀ ਦੇਖਾਂਗੇ ਵੀ ਕੀ ਰਹੇਗਾ। ਇਹ ਫਿਲਹਾਲ ਤੋਂ ਮੈਂ ਗਾਡੀ ਭਿੱਤਰ ਕਰਤੀ ਹੂੰ ਇੱਕ ਵਾਰ। ਔਰ ਇਹ ਆਪਣੀ ਤੀਜੋ ਦੇਵੀ ਜੀ ਸ਼ਮੀਨ ਮਿਲ ਲਓ ਜੀ, ਸਵੇਰੇ ਸਵੇਰੇ ਚਾਹ ਚੜ੍ਹਾ ਦੀ ਹੈ, ਰਈ ਲੈ ਦੀ, ਦੁੱਧ ਗਰਮ ਕਰਦੀ ਆ, ਰਈ ਦੇਖੋ ਤੀਜੇ ਦੇਵੀ ਕੈਸੇ ਤਰੀਕੇ ਸੇ ਲਗਾਤੀ ਹੈ, ਛੋਟੀ ਸੀ ਉਸਮੇ, ਕਿਉਂਕਿ ਮਾਰੀ ਮੈਂ ਸਿਵ ਕਮ ਦੁੱਧ ਦੇਵਾ ਜਮਾਏ, ਤੋ ਘਰ ਘਰ ਜੋਗੀ ਲਾਸੀ ਮੇਰੇ ਜਮਾਏ, ਮੋਲ ਲਿਆਣੀ ਕੋਈ ਪੜਦੀ ਮੈਂ, ਜੇ ਥੇਲੀ ਵਾਲੀ ਲਾਸੀ ਲਿਆਣੀ ਪੜੇ ਕਰਦੀ, ਕਈ ਦਿਨ ਲਿਆਏ ਹਾਂ, ਰੋਟੀ ਚੋਪੜੀ ਜੇ ਕੋਇਆ ਕੋਇਆ ਕੁਣ ਸਾਇਆ ਜੀ ਕਰਦਾ ਖਾਣਾ ਕਾ ਮੇਰਾ ਮੰਤਰੀ ਕਹਿ ਰਹੀ ਕੂਆ ਕੋਈ ਸਾਰਾ ਵੀ, ਸੋ ਥੋੜ੍ਹੀ ਜਿਹੀ ਦੱਸ ਕੇ ਖਾਈ ਜਾਵੇ। ਲੈ ਬਾਈ ਤੀਜੋ ਦੇਵੀ ਨੇ ਕਹਿਡ ਜੀ ਹੈ ਨਯਾ ਸੂਟ, ਯੂਮਾ ਇਸ਼ਕੀ ਪਸੰਦ ਕਰ ਲਈ ਆਈ ਸੀ ਆਪਣੀ ਦੁਕਾਨ ਮੈਂ, ਜੋ ਛਾਪਾ ਕੇ ਸੂਟ ਹੈ, ਇੱਕ ਦਿਨ ਕਰ ਰਹੀ ਛਾਪਾ ਕਾ ਸੂਟ ਲਿਆਉਂਗੇ, ਛਾਪਾ ਕਾ ਸੂਟ ਲਿਆਉਂਗੇ, ਮੈਂ ਹਾਲੇ ਵੀਰੇ ਨਹੀਂ ਕੀ, ਤੋ ਯੂ ਲੈ ਕੇ ਆਈ ਫਿਰ ਸਿਮੋ ਆਇਆ ਕੁੱਕਰ ਮੈਂ ਆਲੂ ਚੜ੍ਹਾ ਰੱਖਿਆ ਵਾ, ਹੁਣ ਮਾਂ ਤਾਂ ਮੈਨੂੰ ਕਹਿ ਦਾ ਮੈਂ ਆਲੂ ਚੜ੍ਹਾ ਦਿਆ, ਤੋ ਆਲੂ ਦੇ ਪਰੌਂਠੇ ਬਣਾ ਦਿਓ ਫਿਰ, ਤੋ ਓਕੇ ਉਬਲਨੇ ਦਰਖੇ ਆ ਆਲੂ। ਔਰ ਮੈਂ ਲਿਆਉਂਗੀ ਵੀ ਇੱਕ ਵਾਰ ਨਾ, ਬਾਰਿਸ਼ ਥੰਮ ਤੋਂ ਗਈ ਹੈ, ਮਤਲਬ ਜ਼ਿਆਦਾ ਕੋਈ ਆਉਂਦੀ ਆਵੇ ਤੋਂ ਆ, ਪਰ ਥੋੜ੍ਹੀ ਥੋੜ੍ਹੀ ਆਵੇ, ਇੱਕ ਇੱਕ ਦੋ ਦੋ ਬੂੰਦ ਮੈਂ ਨਹਿ ਲਿਆਉਂ ਤਨੇ, ਮੈਨਾ ਆਇਆ ਔਰ ਨਹਿ ਗਲੀ ਕਿਹੜੇ ਆਉਂ, ਬਸ ਕੱਪੜੇ ਕੁਪੜੇ ਪੈ ਰਹੇ ਤਨੇ, ਮੈਂ ਬਾਰਿਸ਼ ਫਿਰ ਤਾਂ ਸ਼ੁਰੂ ਹੋ ਗਈ ਹੈ, ਯਾਰ ਦੇਖੋ ਇਹ ਫਿਰ ਬਰਸਣ ਲੱਗ ਗਿਆ ਆਰਾਮ, ਮੈਨੇ ਇੱਕ ਛੋਟਾ ਸਾ ਕੱਪ ਚਾਹ ਕਰਵਾਇਆ ਤਾ ਮਾਵਾ ਮਹਾ ਪੀ ਕੇ ਨੇ, ਔਰ ਦੁਕਾਨ ਪਰ ਜਾਊਂਗਾ ਮੈਂ, ਤੋ ਬਾਰਿਸ਼ ਹੋਣ ਲੱਗ ਗਈ, ਮੈਂ ਸੋਚੂੰਗਾ ਸਕੂਟੀ ਭਗ ਜਾਊਂ, ਦੇਖੂੰ ਆਏ ਗਾਡੀ ਮੈਂ ਜਾਊਂਗਾ ਕੀ ਕਰੂੰ, ਬਾਰਿਸ਼ ਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ, ਮੈਨੂੰ ਗਾਡੀਆਂ ਮੈਂ ਜਾਣਾ ਪੜਾਗਾ। ਔਰ ਮੈਂ ਦੇਖੂੰ ਤਾਂ ਬਾਠ ਕੇ ਜੋ ਆਪਣਾ ਲੈ ਗਏ ਉਹ ਇਹ ਹੈਗਾ ਖੋਲ੍ਹਣੇ, ਸਾਫ਼ ਸਫਾਈ ਕਰ ਲਏ, ਪਰ ਉਹ ਵੀ ਹੁਣ ਦੇਖਿਆ ਬਾਰਿਸ਼ ਕੀ ਵਜ੍ਹਾ ਤਾਂ ਜਾਏ ਪਾਉਣੀ, ਤੋਂ ਮੈਂ ਜਾਊਂ ਮੈਂ ਜਾਇਆ ਕਰ ਲਿਓ ਸਾਫ਼ ਸਫਾਈ, ਕਿਉਂਕਿ ਟਾਈਮ ਹੋ ਗਿਆ 8:30 ਕਾ ਲਗਭਗ, ਤੋਂ ਜ਼ਿਆਦਾ ਲੇਟ ਹੋ ਜਾਏਗੇ, ਔਰ ਰਾਤ ਉਹਨੇ ਵੀ ਰਿੰਕੂ ਨੇ ਬਿਠਾਏ ਜੀ, ਮੈਂ ਇਤਨੇ ਆਊਂਗਾ ਹੀ ਹੈ ਉੱਠੇ ਪੈ ਜਾਏਂਗੇ। ਘਰੇ ਆਇਆ ਮੈਂ ਆਪਣੀ ਦੁਕਾਨ ਮੈਂ, ਜੋ ਵੀ ਕੰਮ ਥਾ ਉਹਨਾਂ ਗੱਲਾਂ ਲੈ ਕੇ ਨੇ ਸਾਫ਼ ਸਫਾਈ ਕਰਵਾਈ ਦੀ, ਔਰ ਦੂਫ ਬੱਤੀ ਕਰਦੀ ਆਪਣੇ, ਔਰ ਈ ਚਾਲੂ ਮੈਂ ਵਾਪਿਸ ਉਰੇ ਲੈ ਗਿਆ ਮੈਨੂੰ ਲਗਭਗ ਘੰਟਾ ਸਾਰਾ, ਔਰ ਯੂ ਲੈ ਕੇ ਚੱਲਿਆ ਮੈਂ ਆਪਣਾ ਜੋ ਰੇਨਕੋਟ ਹੈ ਉਰੇ, ਵੈਸੇ ਤੋਂ ਇਸਕਾ ਰੋਲ ਦੁਕਾਨ ਮੈਂ ਯੂ ਥਾ ਕਿ ਬੂੰਤ ਬਣਨ ਕਾ ਕਾਮ ਆਏ ਕਰਦਾ ਯੂ,
ਪਰ ਅੱਜ ਤਾਊ ਮੰਗਿਆ ਇਸਨੇ ਨੂਲੇ ਨੂੰ ਕਹਿ ਤੂੰ ਲੈ ਰਿਹਾ ਥਾ ਜਗਾੜ ਸਭ ਹੁੰਦਾ ਮੈਂ ਪਹਿਰਨਾ ਕਹੂ ਲਿਆਉਣਾ ਮੁਹੱਲੇ ਇਹ ਵੀ ਲਿਆ ਤੋ ਮੈਂ ਦੁਕਾਨ ਮੈਂ ਇਹ ਰਿਹਾ ਤਾ ਇਹ ਵੀ ਮੁਹੱਲੇ ਕੇ ਚੇਲੇ ਕੁੜੋ ਇਹ ਚੱਲ ਆਪਾਂ ਘਰਾਂ ਇਹ ਲਈ ਮੈਂ ਵਾਪਿਸ ਘਰਾਂ ਯੂ ਵੀ ਲਿਆ ਆਪਣਾ ਜਗਾੜ ਮੰਤਰੀ ਛੱਤਰੀ ਠਾਈ ਖੜਿਆ ਘਰਾਂ ਪਹੁੰਚਿਆ ਜੇ ਮੈਂ ਔਰ ਤਾਊ ਨਹੀਂ ਦੇਖਿਆ ਮੈਨੂੰ ਕੜੀਆਂ ਤਾਊ ਤਾਂ ਦੇਣਾ ਤਾ ਯੂ ਮੰਦੀ ਕੇ ਪੈਰ ਜੇ ਆਵਾ ਵਾ ਦੁਨੀਆਂ ਦੇ ਦਿਆਂ ਵੀ ਨਹੀਂ ਬੂੰਦਾਂ ਲੈ ਕੇ ਤੇ ਪੈਰੇ ਫਿਰੇ ਜਾਂ ਤਾ ਅਈਏ ਭਾਈ ਦੋਰ ਦੇਖੀਏ ਚੱਲ ਕੀ ਹੋ ਗਿਆ ਹੈ ਸੁਕਾਨ ਵਾਲੀ ਸੈਲਫੀ ਪਹਿਲਾਂ ਤਾਂ ਯੂ ਦੇਖ ਲਿਓ ਭਾਈ ਤੀਜੋ ਦੇਵੀ ਦਾ ਸੂਟ ਮੈਂ ਗੱਡੀ ਖੜੀ ਹੈ ਇਸਤਰੀਆਂ ਗਈ ਮਿਲਾਂ ਆਪਣੀ ਦੁਕਾਨ ਪੇ ਤੋ ਚੀਜ਼ ਹੈ ਜੇ ਆਏਗਾ ਆਪ ਲੇਸ ਕਹੋ ਲੇਕਿਨ ਇਹ ਆਪਾਂ ਔਨਲਾਈਨ ਹੁਣ ਭੇਜਦੇ ਸਿਰਫ ਆਫਲਾਈਨ ਮੈਂ ਮਿਲ ਜੇ ਹੈ ਜੋ ਥਾਨ ਕੇ ਹੋਗਾ ਮਤਲਬ ਮੀਟਰ ਕਾ ਹਿਸਾਬ ਤੇ ਕੀ ਹੋ ਗਿਆ ਸੁਕਾਨ ਵਾਲੀ ਸੈਲਫੀ ਗਿਆ ਹਾਂ ਚੱਲ ਤੋ ਰਹੀ ਹੈ 6 ਮਿੰਟ ਕਾ ਟਾਈਮ ਰਹਿ ਰਿਹਾ ਹੈ ਬਟਨ ਹੋਰ ਭੀੜ ਹਰੀ ਚੱਲ ਨੂੰ ਕਿਨੂੰ ਬਟਨ ਵੇੜ ਲੈ ਰੁਕ ਜੇ ਜਾਦੂ ਲੱਗ ਗਿਆ ਮਾਂ ਤੁਸੀਂ ਨੂੰ ਕਿਨੂੰ ਚੈਲ ਕੇ ਚੱਲ ਰਿੰਕੂ ਗਾ ਉੱਪਰ ਉਹ ਖੜੀ ਹੈ ਕੌਣ ਨਾ ਕੋਣ ਇੱਡ ਲੈ ਨਿਊ ਗਿੱਡ ਰਹੇ ਤੇ 9:15 9:30 ਵੱਲੋਂ ਟਾਈਮ ਹੋ ਰਿਹਾ ਰੀਬ ਲੈ ਉੱਠੀ ਆ ਵਾ ਆ ਦੂਰ ਬਨ ਲਾ ਕੇ ਰਹਿ ਤੈਨੇ ਸੋਈ ਕੋ ਨਹੀਂ ਆਦੂ ਮਾਂ ਪਾਉਂਦੀ ਹੈ ਕੋਈ ਮੰਤਰੀ ਮੇਰੇ ਦੁਬਾਰਾ ਲਈ ਇੱਕ ਜਾਈ ਰੀ ਤੇ ਖਜਾਈਏ ਓਏ ਨਾ ਸਈਏ ਮੈਂ ਤੋਰ ਨੂੰ ਨਹੀਂ ਨੂੰ ਤੇਰਾ ਚੋਟ ਲੈ ਕੇ ਤੇ ਕਿਹੜਾ ਚੋਟ ਲੱਗੇਗਾ ਤੂੰ ਤੇਰਾ ਬੇਟਾ ਚੋਟ ਪੜ ਜਾਏਗਾ ਤੂੰ ਪੜ ਜਾਏਗਾ ਬੇਟਾ ਅੜ ਪੜ ਜਾਏਗੀ ਮਖਾ ਮੰਨ ਜਿਆ ਕਰ ਚੋਟ ਲੱਗ ਜਾਏਗੀ ਆਏ ਨਾ ਸਈਏ ਮੇਰੇ ਤੋਰ ਕੁਮਾਰ ਸਮਾਰ ਨੂੰ ਇਤਨੇ ਅਮਰਜੀਤ ਵਾਈਫ ਆਫ ਰਿੰਕੂ ਗਲਤੀ ਤਾਂ ਕੁਛ ਵੀ ਮਤਲਬ ਡੇਢ ਘੰਟਾ ਲਾਵੇ ਹੈ ਨੂੰ ਹੈ ਫਲਾਣੀ ਹੈ ਦਿਗੜੀ ਹੈ ਉਸ ਪਰ ਕਮੈਂਟ ਆਣ ਲੈ ਗਏ ਅੱਜ ਤੱਕ ਵੀ ਕਮੈਂਟ ਆਣ ਲੈ ਗਏ ਉਸ ਵਲੋਗ ਪੇ ਕਿ ਭਾਈ ਫਲਾਣਾ ਪਾਣੀ ਪੀ ਸਵੇਰੇ ਉੱਠਦੇ ਸਹਿਤ ਗੁਣਗੁਣਾ ਪਾਣੀ ਪੀਏ ਕਰ ਗਰਮ ਦੁੱਧ ਪੀਏ ਕਰ ਗੁੜ ਖਾਏ ਕਰ
लोग इसके कब्जी हो रही है। अरे भाई वो एक कंफर्टेबल जगह है, सवेरे उठ दिया दिमाग रिफ्रेश करने का, रिलैक्स करने की वो है तकनीक है वह। तो सवेरे उठ का कंटेंट सोचने का वो जो कंटेंट ले लो कि मिल रहा काम के आईडिए सारे उड़ा आदमी ने। सवेरे उठ दे आदमी सुस्त हो और सारे चैवे चैवे दुख है कि मैं मतलब उठ दे पूरा एक्टिव हो जाए तो उससे सही है अपने एक घंटा बढ़िया तरीके आराम से बैठो रिलैक्सिंग सीट है पंखा चल पंखा लग रहा वैर लिगड़ जा सारा सौदा तो रिलैक्स जो ना कोई 15-20 मिनट उसमें पड़ भी जाए इतनी डार उठा नहीं सर सड़े ज्यादा भी कुछ भी मतलब है। हां ये है और आप सवेरे सवेरे ले लिए आज पूरा दिन देखियो गाइस जी मेरी ना के मेरे सिर पर सरदम करेगी मन ना कुछ कहोगे। ई मैं रात वाली हां बैठक वाली साइड क्योंकि बारिश का मौसम है नहीं कुआं बूंद आवे कुआं हट जाए तो इस करके चूल्हा सेटअप अपना पूरा करांगे गाड़ी वाला में तो ऐडा अपना चूल्हा कर और ऐडा बनेंगे आज अपने आलू के परौंठे। रिंकू भी तर लग रही है और चून चान लिया वे तैयार करके मां मिटना पूरा चूल्हा कर लिया तैयार। लिकड़ जाए पानी तो अटकता कोनी पूरा। रिंकू जुट गई है आलू तो पहला ही उबल गए थे आटा लगा दिया और या के नाम अपना सामग्री तैयार हो जाएगी इसमें मिलान वाली तना हो लिए कई दिन छीते हैं गे बच कर रहेगा आज गल तेरी सासु बनी बहर चावे जाओ ने पकड़ के तुम्हारी चूतिया ऐसे घुमा के क्या लू लक्चर बिगड़ गया सिर में और देख लो रही है गड़ गया कवर मारा रुका बाप इसते ही पहला अरे छोरे दिखता कौन है तू मां नहीं आए ग्राम दे सर पर दे हम दे सर अमर जी था दिखता नहीं तू तेरा जी नहीं लगता घर में खड़े इस करे बिना ए मां वाली दे कि क्या लो छोटी पड़ के घुमावे आज तो परोठे बना ले अगली सवेरे से दे तेन तेरी जिंदगी में घड़ियाल देखे तेना कदम घड़ियाल आदू घड़ियाल कौन है घड़ियाल कोई नहीं इनको कहे बेटा इनको तो है नहीं इसकी नाखून काटने वाली देखिएगा आदमी घड़ियां ये लो जी डूगला ते ओदे डैडी दी डड्डी डूगला ते ओदे डैडी दी डड्डी उसके डैडी है चकी आगे ते डड्डी के साथ क्या मैच होता है क्यों है इसके डैडी है फड्डी उसकी मम्मी है रद्दी 2 रुपये किलो ले जाओ कोई भी
ਅੱਡੀਆਂ ਲੈ ਵੇ ਚੁੱਲਾ ਵੀ ਧਰਦੀ ਆ ਮਾਰੀ ਗਾਡੀ ਵੀ ਹੈਗੀ ਔਰ ਸਮਾਨ ਵੀ ਹੈਗਾ ਬੇਰਾ ਨੀ ਆ ਦੂਆ ਪੀਲੀ ਜਾ ਮਾਈ ਥੇਰ ਉਹ ਕਬ ਕਾਮ ਆਏਗੀ ਨਿਕਾਲੋ ਉਸੇ ਦਾਦੀ ਕੋ ਬੋਲੋ ਅਰੇ ਦਾਦੀ ਕਿਆ ਮੇਰੇ ਦਹੇਜ ਕੇ ਲਈ ਲੱਖੀ ਹੈ ਬੋਲੀ ਕੋ ਨਿਕਾਲੋ ਬੈਡ ਮੇ ਦੇ ਦੇਖ ਲੈ ਬੂੰਦ ਲਾ ਹੈ ਪਹਿਲੇ ਖੜਾ ਵਾਂ ਬੂੰਦ ਕੋਈ ਕੋਈ ਪੜਨ ਨਹੀਂ ਔਰ ਹਾਂ ਮਾਂ ਕਵੇ ਤੇ ਸੱਚੂ ਮੇਨ ਪੰਗਾ ਯੂ ਹੈ ਕਿ ਆਪਣੇ ਥੇਪੜੀ ਤੋਂ ਕੋਨੀ ਗੁੱਸਿਆ ਮੈਂ ਬਣਾ ਕੋਨੀ ਯਾਰ ਪਰੌਂਠੇ ਬਣ ਜੀਗੀ ਬਣ ਜੀਗੀ ਨਾ ਬਣ ਜੀਗੀ ਇੱਕ ਕੰਮ ਕਰ ਚੱਲ ਤੁਸੀਂ ਤਾਂ ਰੋਟੀ ਤਾਂ ਸਿਕਣੀ ਕਰਦੇ ਆਸ ਤਾਂ ਬੜ ਤਕੜੀ ਥੇਪੜੀ ਹੈ ਹੀ ਕੋਨੀ ਇਹ ਜਿਹਨੇ ਮੈਂ ਬਣਾਈ ਦੂੰਗੀ ਮੇਰਾ ਕੰਮ ਬਣਾਉਣਾ ਬਹੁਤ ਹੈ ਬਹੁਤ ਹੈ ਮਾਂ ਬੋਲੀ ਕੱਢ ਲਿਆ ਤੂੰ ਟਿੱਕੜ ਸਾ ਲੋ ਕਰ ਤੂੰ ਚੱਪਲ ਕੱਢ ਕੇ ਦਊਂਗੇ ਤੀਜੇ ਦੇ ਵੀ ਬੋਰੀ ਬੈਡ ਮੈਂ ਚੱਲ ਮੈਂ ਕਡੂਆ ਦਿਵਾਂ ਕੜੇ ਗੁੱਸੇ ਨੀ ਥੇਪੜੀ ਹੋਈ ਜੈਂ ਤਾਂ ਕਹੂੰ ਮੈਂ ਲਿਆ ਚਾਲੀ ਬੀਬ ਤੂੰ ਬੂੰਦ ਆ ਫਿਰ ਆਹ ਤੂੰ ਦੇਖੀ ਸਾਮੂਹ ਕਰਤੀ ਹੈ ਚਾਂਦਣਾ ਮੈਂ ਹਲੇ ਭਾਈ ਤੈ ਆਦੂ ਡੁਗਲੇ ਤੈ ਜੁੱਟੇ ਬਦਲ ਲੈ ਰਹੀ ਅਰੇ ਮੰਮਾ ਪਾਪਾ ਜ਼ੂਦ ਬੋਲ ਰਹੇ ਹੈ ਕੀ ਖਤਮ ਹੋ ਗਿਆ ਸ਼ਾਲ ਸ਼ਾਲ ਔਰ ਫੈਲ ਫੈਲ ਆ ਆਦੂ ਆ ਵੀ ਹੋ ਭਾਈ ਆ ਵੀ ਹੋ ਗੱਡ ਕੇ ਸੈਲ ਖਤਮ ਹੋ ਗਏ ਆਦੂ ਨੂੰ ਗੁੰਮ ਪਰੋਟੇ ਖਾਊਗਾ ਅਭੀ ਏ ਮਾਂ ਦੇਖੜਾ ਕੋ ਜਾਵੇ ਆਦੂ ਤੁਹਾਰੀ ਮੰਮਾ ਕਾ ਕਾਲ ਹੈ ਅੱਜ ਕਾਲ ਹੈ ਤੁਹਾਰੀ ਮੰਮਾ ਕਾ ਅੱਜ ਮੌਤ ਨਾ ਹੋ ਸੀ ਕੀ ਤੋ ਮਾਂ ਕੀ ਮੈਂ ਤੇ ਰਸੀਕ ਦੋਏ ਰਹੀ ਦਿਖਾ ਦੂਗੀ ਇਸ ਪੇ ਵੀ ਲਿਖ ਰਿਹਾ ਡੈਡੀਜ਼ ਗਰਲ ਬੋਰੀ ਤੋਂ ਪਾਈ ਨਹੀਂ ਮਾਂ ਨੇ ਟੋਈ ਤੋ ਮੈਂ ਚੱਕ ਲਿਆ ਮੇਰਾ ਮੁੱਢਾ ਰਮੇਜ ਖਾਣਾ ਹੈ ਤਰਬੂਖ ਲੈ ਗਈ ਆਪਾਂ ਨੇ ਤੋ ਆਦੂ ਰਾਜਾ ਆਰਾਮ ਤੇ ਮੈਨੇ ਕਹੂੰ ਕੱਟਾ ਦੇ ਦੇ ਮਹਾ ਇਸ ਤੇ ਕੋਈ ਮਾਂ ਦਾ ਕੰਮ ਹਾਂ ਉਸਕੋ ਦੇ ਉਹਨੂੰ ਹੁਣ ਬੈਠਾ ਜਾ ਇੱਕ ਤਾਂ ਪ੍ਰੈਸ ਵੀ ਕਰੜ ਕਰੜ ਬੋਲ ਲੱਗੀ ਨੀਚੇ ਕੱਟਾ ਕੱਟਾ ਲੈ ਲੈ ਯੂ ਆਈ ਗਿਆ ਲੈ ਖੜਾ ਵਾਲਾ ਕੱਟਾ ਗਣੇਸ਼ਾ ਨੂੰ ਖਾਣ ਨੂੰ ਮਿਲ ਗਈ ਮਾਂ ਕੀ ਚੁੱਲੇ ਦੀ ਰੋਟੀ ਚੁੱਲੇ ਦੀ ਚਾਹ ਰੋਟੀ ਨਹੀਂ ਪਰੌਂਠੇ ਪਰੌਂਠੇ ਕਾਹੇ ਹੱਸ ਰਹੀ ਹੋ ਤੀਜਾ ਦੇਵੀ ਹੈਂ ਬਾਤ ਤੋਂ ਬਤਾਓ ਨੂੰ ਕਾ ਹਾਰਡ ਸੇ ਘਟਾ ਇਸ ਕੇ ਤਾਂ ਪਟੜੀ ਕੇ ਤੋਂ ਬਤਾ ਪਟੜੀ ਕਾ ਹਾਰਡ ਘਟਾ ਆਈ ਨੂੰ ਵੀ ਰਹਿ ਗੁਨੀ ਮੇਰੇ ਘਟਾ ਹੈ ਈਵ ਦੇਖ ਕੇ ਲੈ ਗਿਆ ਬੀਟ ਗਿਰ ਪਿੰਡਾ ਕੰਗਨ ਨੂੰ ਬਿਲ ਬਿਲ ਨੂੰ ਪਟੜੀ ਲੈ ਲਈ ਬੜੀ ਕਿਦਰੀ ਜਲਿਆ ਹੀ ਪਟੜੀ ਪਹਿਲੀ ਵਾਰੀ ਖਾਣਾ ਬਣਾਵਾ ਹੈ ਕਿਆ ਚਾਹੀਏ ਕੇ ਉੱਪਰ ਕਰੂੰਗੀ ਹੈ ਹਾਂ ਥੋੜੀ ਆ ਹਵਾ ਪਾਸ ਉੱਠ ਕੇ ਚਲਾ ਜਾਵਾਂਗੇ ਕਰ ਦਿਆਂਗੇ ਲੈ ਦੋ ਆਈ ਉਸ ਤੋਂ ਕੀ ਹੈ ਜਨ ਕੋਮਨ ਪੈਰ ਹੈ ਪੈਰਾਂ ਨੂੰ ਕੁੱਕਰ ਕਰ ਇਹਨੂੰ ਗੋ ਤੈਰ ਦੋ ਤਾਰਾਂ ਤੇ ਚਾਹ ਲਿਗੜ ਗਈ ਸੀ ਆ ਲੈਣ ਗਾਡਾ ਬਾਬੂ ਵਿੱਤੀ ਮਹਾਕਾਮ ਵਧਾਣ ਕੀ ਮਾਰਾ ਗਿਆ ਤੂੰ ਜੇ ਪੋਪਕੋਰਨ ਬਣਾ ਲਿਆ ਮੇਰੇ ਹੱਥ
ਈਸ਼ਨ ਨੇ ਜਲਾਇਆ ਤਾਂ ਮੈਂ ਕਦੇ ਵੀ ਟੋਪੀਆਂ ਬਣਾਈ ਕਰੂੰ ਕਦੇ ਯਾ ਬਣੇ ਸੀ ਮੈਡਮ ਜੀ ਨੂੰ ਟੋਪੀਆਂ ਬਣ ਜਾਏ ਜਵਿਆ ਝੂਠ ਬੋਲੇ ਗਿਆ ਸੀ ਨਾਕ ਫੁੱਲੇ ਗਿਆ ਫੁੱਲੀ ਦੀ ਨੀ ਪਹਿਲੀ ਵਾਰ ਮਾਰਾ ਨੀ ਹੋ ਰਿਹਾ ਜੂਈ ਦੇ ਵੋ ਆਈ ਸੀ ਜੂਈ ਬਣੇ ਥੇ ਨਿਊ ਪਰੌਂਠੇ ਬੈਰ ਜੂਈ ਪਾਛੇ ਆਜ ਦਰਿਆ ਗਿਆ ਖੁੱਲਾ ਮੈਂ ਚੁੱਲਾ ਖੁੱਲਾ ਮੈਂ ਚੁੱਲਾ ਔਰ ਮਿਰਚ ਲਿਆਏ ਆਪਾਂ ਖਾਇਆ ਯਹਾਂ ਪੇ ਚੱਲ ਰਹੀ ਹੈ ਰੈਡੀ ਸਾਰਾ ਕੁਛ ਲੈ ਹੋਊਗਾ ਆ ਦੂਗਾ ਜੁਇਨ ਲਗ ਦੁਆਈ ਦਾ ਸਰ ਤਾਂ ਜੁਇਨ ਲਗ ਠੀਕ ਸੀ ਫਿਰ ਚਿਰੀ ਡੈਨ ਹੋ ਗਈ ਪੂਰੀ ਬੁਖਾਰ ਹੋ ਗਿਆ ਇਸ ਤੇ ਫਿਰ ਤਾਤੀ ਬੜਨ ਲੱਗ ਰਹੀ ਹੈ ਮੰਤਰੀ ਇੱਕ ਵਾਰ ਗੱਡੀ ਲੈ ਕੇ ਜਾ ਰਿਹਾ ਨਰਗਵਾਣਾ ਕਨੀ ਉਸੇ ਆ ਲੰਦੇ ਉਹ ਫਿਰ ਚੱਲ ਲਾਂਗੇ ਇੱਥੇ ਦੁਆਈ ਦਵਾਣ ਦਿਖਾ ਕੇ ਲਿਆਵਾਂ ਡਾਕਟਰ ਨੇ ਕੀ ਬਤਾਵਾਗਾ ਕਿਉਂਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਬੁਖਾਰ ਹੁੰਦਾ ਨਾ ਦੂਗਾ ਬਸ ਬੇਟੇ ਰੋਟੀ ਖਾਵਾਂਗੇ ਰੋਟੀ ਖਾਵਾਂਗਾ ਰੋਟੀ ਖਾਵਾਂਗਾ ਰੋਟੀ ਖਾਵਾਂਗਾ ਆਦੂ ਮਾਂ ਤੂੰ ਇਹ ਵੀ ਲੈ ਗਈ ਗੱਲੇ ਠਾਈ ਨੂੰ ਇਹ ਤੂੰ ਲੈ ਕੀ ਗੁਸਤੀ ਅਰਤਾਈਲੀ ਸਮਾਈ ਥੇ ਬੜੀ ਦੇਖੋ ਕੀ ਸੀ ਕੀ ਸੀ ਦੇਖ ਚੁਰਮਾ ਦੀ ਪਿੰਡੀ ਰਿੰਕੂ ਨਿਊ ਕਰੇ ਗੱਲੇ ਆਦੂ ਕਰੇ ਵਾ ਦੇਖ ਤੇਰੀ ਤੇਰੀ ਮੰਮਾ ਕੁੱਕਰ ਕਰੇ ਕੁੱਕਰ ਕਰੇ ਕਰ ਦੇ ਤੂੰ ਵੀ ਲੈ ਬਸ ਸਵੇਰੇ ਸਵੇਰੇ ਚਾਹੀ ਕੇ ਸੱਤ ਪਰਾਂਠੇ ਆ ਗਏ ਹੈ ਸਾਥ ਮੈਂ ਆਪਣਾ ਟਿੰਡੀ ਘੀ ਕੀ ਵੀ ਰਗੜ ਦਿਆਂ ਆਪਾਂ ਕਈ ਦਿਨਾਂ ਮੈਂ ਮਨ ਚਾਹੀ ਹੋਈ ਨਹੀਂ ਕਈ ਦਿਨ ਹੋ ਗਏ ਦਿਨ ਨਾ ਕੰਨ ਗਣਾ ਦਨ ਹੋ ਗਏ ਮੈਨਾਂ ਕੰਨ ਤੋਂ ਇੱਕ ਤੂੰ ਮੈਂ ਟਾਈਮ ਪਾ ਉੱਠਣੇ ਕੋ ਨਹੀਂ ਪਾਏ ਕਰਦਾ ਸਵੇਰੇ ਖਾਣ ਦਾ ਟਾਈਮ ਹੈ ਜੀ ਤੀਜੋ ਦੇਵੀ ਮਜ਼ਾ ਆਏਗਾ ਪਰੌਂਠੇ ਖਾ ਕੇ ਕਸੂਤੇ ਵਾਲਾ ਗਣੇ ਦਿਨ ਹੋ ਗਏ ਮੈਨੂੰ ਕਈ ਦਿਨ ਹੋ ਗਏ ਉਹ ਕਰਤਾ ਨੇ ਔਰ ਫਿਰ ਦੂਸਰਾ ਮੌਸਮ ਇਤਨਾ ਵਧੀਆ ਫਿਰ ਨਜ਼ਾਰਾ ਇਤਨਾ ਵਧੀਆ ਆਪਣਾ ਗਾਮ ਗਾ ਖੁੱਲਾ ਹਾਂ ਸੁੰਦਰ ਸਾਂਦਰ ਗਾ ਵੀ ਰਹੇ ਮੇਰਾ ਬਣ ਵਧੀਆ ਰਹੇ
ਸੁੰਦਰ ਵਾਲਾ ਤੋਂ ਬਸ ਇੱਕ ਉਹ ਹੀ ਹੈ, ਅਫਵਾਹ ਹੀ ਹੈ, ਦਿਲਾਸਾ ਹੀ ਹੈ। ਔਰ ਮਾਂ ਵੀ ਰਗੜਨ ਲੱਗ ਰਹੀ, ਮਾਂ ਲੈ ਗੱਲ ਲੱਗੀ ਆਏਗੀ ਸਬਜ਼ੀ ਔਰ ਦੁੱਧ। ਔਰ ਆਦੂ ਕੇ ਔਰ ਉਸਕੀ ਬੂਆ ਔਰ ਕੇ ਵੀ ਪੰਚਾਇਤ ਦੀਏ ਭਿੱਤਰ, ਇਤਨੇ ਮਾਂ ਲੈ ਕੇ ਗਈ ਉਹਨੇ ਕਹਿ ਲਗੇ, ਇਤਨਾ ਆਦੂ ਸੋਈ ਪਾਈ ਉਸਕੀ ਬੂਆ ਲੋਏ, ਤੋ ਆਦੂ ਨਾ ਖਾਏਗਾ ਨਹੀਂ। ਤੋ ਮੰਤਰੀ ਕੀ ਬਾਟ ਦੇਖਾਂ ਦੇ ਮਹੋਂਦਰ ਗੁਆਣਾ ਜਾ ਰਿਹਾ, ਤਾਂ ਉਹ ਆ ਜਾਂਦਾ ਮਹਾਗਰਮ ਗੁਰਮ ਖਾ ਲੈਂਦਾ, ਫਿਰ ਉਸਕਾ ਜੀ ਲੈ ਕੇ ਨਾ ਰੋਕਰ ਕਦਰ ਦੇਂਗੇ, ਉਹ ਵੀ ਆਇਆ ਖਾ ਲੇਗਾ, ਔਰ ਤਾਊ ਵੀ ਆ ਗਿਆ ਖਾ ਲੇਗਾ, ਤਾਊ ਜੋੜ ਪਿਆ ਜਾ ਰਿਹਾ ਮੈਂ ਥੱਲੇ ਗਏ। ਹਾਂ ਔਰ ਇਨ ਪਰੌਂਠੇ ਨਾਲ ਮੈਂ ਮਜ਼ੇਦਾਰ ਵੀ ਰਹਿ ਕਿਉਂ ਕਹਿ ਰਿਹਾ ਹੁਣ, ਇੱਕ ਰੀਜ਼ਨ ਹੋ ਰਿਹਾ, ਮੈਂ ਜਬ ਵੀ ਪਰੌਂਠੇ ਜਾਂ ਕੁਛ ਤਲੀ ਹੋਈ ਚੀਜ਼ ਖਾਈ ਰਹੇ ਉਹਨੂੰ ਖਾਂਦੇ ਸਿਆ ਪੇਟ ਮੈਂ ਗਰਮੈਸ਼ੀ ਹੋ ਜਾਏਗਾ, ਮਤਲਬ ਨੂੰ ਔਰ ਇਤਰੀਆਂ ਜਿਹਨੂੰ ਕਿ ਪੇਟ ਦੁੱਖ ਹੈ ਅਗਰ ਉਹ ਉਲਟੀ ਪੜਨ ਸੀ ਨੇ, ਪਰ ਇਹ ਬਿਸਤਰੀਆਂ ਕੁਛ ਵੀ ਨਹੀਂ ਹੋਇਆ, ਕਮਗੀ ਗਏ ਥੇ ਮਤਲਬ ਇਹ, ਤੋ ਕਮਗੀ ਦੜਾਓ ਉੱਪਰ ਦਰ ਕਗਣਾ ਖਾਓ। ਹਾਂ ਦੇਸੀ ਹੈ ਯਾ ਵੀ ਬਾਤ ਹੈ, ਸਾਰਾ ਕੁਛ ਘਰ ਦਾ ਆਪਣਾ ਆਰਗੈਨਿਕ ਹੈ। ਵੇ ਤੂੰ ਕਿਵਰਾ ਕੈਬ ਜਗਾ ਆਟਾ ਲਗਾਇਆ ਹੋਇਆ ਦਾ ਜਰਾ, ਸਹੀ ਬਾਤ ਹੈ, ਸਾਂਝ ਨਾਲ ਨੂੰ ਉਗਾਲੇ ਹੋਏ ਸਬਜ਼ੀ ਵੀ ਖਰਾਬ ਹੋ ਜਾਊਗੀ, ਤੋ ਕਈ ਵਾਰ ਗਣੀ ਵਾਰ ਬਣੀ ਆ ਮਾਰਾ ਗਲੇ ਆ ਹੋਟਲਾਂ ਪੈ, ਕਈ ਵਾਰ ਜੋ ਰੋਟੀ ਖਾਣ ਇਕੜੀਆਂ ਰੁਕਾਂ ਨਹੀਂ ਹੋਟਲ ਪੈ, ਤੈਨੂੰ ਸੋਚਿਆ ਭਾਈ ਚਾਵਲ ਤੋਂ ਤਾਜ਼ੇ ਮਿਲਣਗੇ, ਉਹ ਚਾਵਲ ਮੰਗਾਵਾਂ ਲੜਾਈ ਵੀ ਹੋਲੀ ਮੰਤਰੀ ਹੋਟਲ ਵਾਲੀ ਲਾਈਨ ਮੈਂ ਰਹਿ ਹੋਇਆ, ਤੂੰ ਇਸ ਬੀ ਰਹਿ ਸਾਰੀ ਬਾਤਾਂ ਗਾ, ਉਹ ਫੜਦੇ ਨੀ ਦੇਖਦੇ ਨੂੰ ਬਤਾਦੇ ਆ ਨੂੰ, ਇੱਕ ਪਤ ਨੂੰ ਹੋ ਗਿਆ ਆੜੀ ਲੈ ਗਈ, ਜੇ ਉਹਨਾਂ ਨੇ ਮੇਰਾ ਸ਼ਰਤ ਲੈ ਗਏ 2-2 ਲੱਖ ਰੁਪਏ ਸ਼ਰਤ ਲੈ ਲਏ, ਤੂੰ ਨੂੰ 3 ਦਿਨ ਪੁਰਾਣੇ ਰਾਜ ਸਨ ਪਏ ਅਗਲਾ ਨੂੰ ਪੈ, ਹਾਂ ਜਿਵੇਂ ਰਿਫਾਈਂਡ ਮੈਂ ਛੋਂਕ ਲਗਾ ਕੇ ਲੈ ਰਹੇ ਹੋ, ਕਿਉਂਕਿ ਮੰਤਰੀ ਨੇ ਘਰੀਆਂ ਸਾਰੀ ਚੀਜ਼ਾਂ ਤੋਂ ਵੀ ਰਹਿਦਾ, ਅਗਲਾ ਨੂੰ ਗਏ ਹੋਟਲ ਵਾਲਾ ਜਿਹਨੂੰ ਹਾਂ ਮੈਨੇਜਰ ਸਾਨੂੰ ਕਹਿੰਦਾ ਹੈ ਕੋਈ ਨਹੀਂ, ਮੈਂ ਤੈਨੇ ਦੇਣ ਲੱਗ ਰਿਹਾ ਨੂੰ ਕਹਿੰਦਾ ਬੈਠੇ ਬਿਠਾਏ 2 ਲੱਖ ਮਿਲਣ ਲੱਗ ਰਿਹਾ, ਤੂੰ ਲਾਹ ਸਿਰ 'ਤੇ, ਉਹ ਉੱਠ ਕੇ ਕੁਰਸੀ ਛੋੜ ਗਿਆ ਬਹਿ ਜੀਗਾ ਬੜਾ ਤਾੜੀ, ਮਤਲਬ ਉਹ ਕਰਿਆ ਨਹੀਂ ਉੱਤੀ, ਫਿਰ ਮੰਤਰੀ ਨੇ ਲਾਸਟ ਮੈਂ ਓੜੇ ਬੈਠੇ ਰਿਹਾ, ਇਤਨਾ ਨਹੀਂ ਆਇਆ ਉਹ ਮੁੜਕਾ ਜਿਹਨੂੰ ਬਿਲਿਆ ਓਕੇ ਨਾ ਵਾ ਜਿਹਨੂੰ ਪਤੀਲਾ ਭਰੇ ਦਾ ਰਿਹਾ ਨਹੀਂ, ਉਹ ਫੈਂਕਦੇ ਸੋਰੇ ਚੋਰਨੂੰ ਗਏ, ਕਿਉਂ ਕਿਸੇ ਦੀ ਉਹ ਖਰਾਬ ਕਰਾਇਆ ਤਬੀਅਤ, ਤੋ ਮੰਤਰੀ ਨੇ ਕਾਫੀ ਗਿਆਨ ਲਈ ਇਸ ਲਾਈਨ ਦਾ, ਕਿਉਂਕਿ ਉਹ ਰਿਹਾ ਹੋਇਆ ਨੀ। ਆਪਣੇ ਕ੍ਰਿਸ਼ਨ ਮੁਰਾਰੀ ਜੀ ਆਏ, ਅੱਜ ਖੁੱਲਾ ਮੈਂ ਚੁੱਲ੍ਹਾ ਜਚਾ ਰਿਹਾ, ਦੇਸੀ ਘੀ ਗਏ ਪਰੌਂਠੇ, ਚਾਹ ਖਾ ਲਾ ਸੀ ਲੈ, ਅੱਛਾ ਠੀਕ ਹੈ, ਮੰਤਰੀ ਰਹਿ ਗਿਆ, ਮੰਤਰੀ ਆਵਾ ਫਿਰ ਉਹ ਵੀ ਖਾ ਲੇਗਾ, ਪੂਰੇ 2 ਵਜੇ ਜੀਤ ਕੈਬ ਜੀ ਸੋਈ ਥੀ ਮਾਂ, 1 ਵਜੇ ਸੋਏ, ਤੈਨੂੰ ਕਿਹਾ ਥਾ ਕਿ 3 ਵਜੇ ਉਠੂੰਗਾ,
मैंने काम करे पाने चाहिए क्योंकि आज भी थोड़ा जल्दी उठ लिए थे और मैं थोड़ा सा लेट उठी थी, तो मेरा काम करना जो रह रहा है, मैंने वीडियो शूट करनी थी, 3 बजे उठूंगा, मैंने वीडियो शूट करे पाने चाहिए। माँ चिंता ना लो, मैं करे पाऊंगी, 2 बज गई, मैं आराम से देखूं फोन। फिर मेरा आगे आ गया बिग बॉस, और बिग बॉस सच में मुझे घना पसंद है, जो मैं एक बार देख लिया जो तो पूरा देखी मैंने रह को जाना आराम से, मैं बिग बॉस देखने लग रही। मेरी माँ उस साइड था, मेरे मम्मी नहीं नहीं लगे, 2 बज गए, उठेगा फिर तेरा सिर पर चढ़ेगा। फोन फान धर के बैज ली, तो मैं तो नहाइए को नहीं, कपड़े चेंजे कर लिए क्योंकि 1 घंटा रह रहा है, 1 घंटा मैंने वीडियो बनाया कि ना वापस सूर्य भी आना है, टाइम के पक्के है, काम के पक्के है, जो कुछ कह दिया नु करना पड़ेगा। हालांकि खुद चाहे लैटरिंग में 2 घंटे लगाया लेकिन और अब लेट नहीं होना चाहिए, और वैसे डर भी है और डर होना भी चाहिए। तो मैं एक बार फटाफट थोड़ा बहुत लिपा पोती करके मेकअप करके ना वीडियो बनाया हूँ दुकान की, फिर आगे ना हमने शाम नोर भी शूट करनी है। बाकी आंसे इतनी मुंडी आने लग रही, मैं देख कितना डर रहा है, कुकर खड़ी हुई, मैं सारा कुछ छोड़ चढ़ के बिग बॉस छोड़ा, बीच में देखा 2 बज गए, रिंकू उठे तो बाज के सूट काटा। आज तो मैंने भी नहीं सिलेक्ट किया कि कौन सा पैर हो कौन सा नहीं, और दिन तुम्हें सोचा कि कौन सा पैर हो यार, ये सारे पैर हुए हैं, सारे पैर हुए हैं, आज फटक देने से ऊपर दिखा नहीं, वो ही कह लिया मैंने। मेरी माँ अपने मस्त फोन में वो लोग देखने लग रही थी, पूरे आदुराम डुगला सुन लग रहा है, या कम से कम भी 1.5-2 घंटे की सुती है। जीत तो पहले सोई थी, अब मैं परोठे बनाने लग रही थी, सर जो सोई थी 12 बजे सोई होगी, 2 घंटे सोने लग रही है। मैंने आज फिर लगा कि इसकी तबीयत खराब है, क्योंकि इसकी तबीयत खराब होने जब भी इतनी देर सोया करे, नहीं तो बस चिड़िया है, चें 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 चें, 1.5 घंटा सोगी फिर चें चें चें, फिर 1.5 घंटा सोगी फिर चें चें चें। बाकी मैं थोड़ा सा मुंह धुलूँ, मेकअप कर लूँ। 1 बजे से मैं सो गया था और 3 बजे उठा, फिर मैं 2 घंटे सो लिया, और आधुरा जा अपना इसका बुखार ज्यादा हो रहा, मानो का 2 बार दवाई दे ली, आराम हो जाए को नहीं, तो 3 बजे तो जी मंत्री लेट आया, एक बजे लग भी आया कौन था, तो फिर तो डॉक्टर उठ लेंदे, तो ये 5 बजे डॉक्टर बैठेंगे, चलेंगे आप इससे दवाई दवाई भी लेवा, पुराना चेक करवा के लेवा, कल काम में डॉक्टर दे के सर दवाई उस तरह हो गया कौन इसके, और दूसरा अपना भी बिना टेस्ट उठ कराए या कुछ हो कराए बहम रहे जावे, बहम के बड़ा पड़ता है असली में की हो रहा है, कई दिक्कत है, तो चेक करा के लानी पड़ेगी। आ तू डोन अपनी इसमें कर भी रोन लग रही थी दुबली है किसी समझ में आवाज कमेंट करियो कि आदू नहीं, मैं तो समझ गया आदू ये समझे कौन समझे, एक बार रुको हम कोई डुगले रहे बंदर आदू लमन ने दे 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 पप्पू दे 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 ਮੰਤਰੀ ਡੋਨ ਹੋੜਾ ਪੜਿਆ ਸੁੱਤਿਆ ਡੂਗਲਾ ਵੇ ਡੂਗਲਾ ਆਦੂ ਡੂਗਲਾ ਆਦੂ ਡੂਗਲਾ ਡੂਗਲਾ ਬਾਂਦਰ ਓ ਬਾਂਦਰ ਇਹ ਵੀ ਦਸਤੀ ਬੜਾ ਰਿਹਾ ਜਮਾ ਬੁਖਾਰ ਹੋ ਰਿਹਾ ਦਵਾਈ ਦੇ ਗੋਲਾ ਬਣਾ ਦੀਆ ਬਾਂਦਰ 2-3 ਦਿਨ ਮੈਂ ਪਿੱਛੇ ਲਿਆ ਯਾਰ ਯਾਰ।